ਸਤਿ ਸ੍ਰੀ ਅਕਾਲ ਨਮਸਤੇ ਅਦਾਵ ਸਵਾਦ ਕਰਦੇ ਆਂ ਜੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਖਾਸ ਹੋਣ ਵਾਲੀ ਆ ਉਹਨਾਂ ਲਈ ਜਿਨ੍ਹਾਂ ਦੀ ਫਾਈਲ ਡੈਲੀ ਐਮਬੈਸੀ ਦੇ ਵਿੱਚ ਪਈ ਹੈ ਚਾਹੇ ਉਹ ਐਸਓਡਬਲਯੂਪੀ ਵਾਲਾ ਚਾਹੇ ਉਹ ਪੀਆਰ ਵਾਲਾ ਕੁਝ ਕੁ ਸਟੂਡੈਂਟ ਵੀ ਨੇ ਇਹਦੇ ਵਿੱਚ ਇਨਕਲੂਡ ਨੇ ਜਿਨ੍ਹਾਂ ਦੀ ਫਾਈਲ ਐਮਬੈਸੀ ਭੇਜ ਦਿੱਤੀ ਗਈ ਆ ਸੋ ਅੱਜ ਇਹ ਗੱਲ ਕਰਾਂਗੇ ਜਿਨ੍ਹਾਂ ਦੀ ਫਾਈਲ 2020 ਦੇ ਵਿੱਚ 2021 ਦੇ ਵਿੱਚ ਸਬਮਿਟ ਹੋਈ ਆ ਬਟ ਉਹਨਾਂ ਦਾ ਕੋਈ ਵੀ ਅਪਡੇਟ ਜਾਂ ਕਹਿ ਲਈਏ ਮੈਡੀਕਲ ਅਪਡੇਟ ਵਗੈਰਾ ਜਾਂ ਕੋਈ ਵੀ ਇੰਟਰਵਿਊ ਵਗੈਰਾ ਉਹਨਾਂ ਦਾ ਨਹੀਂ ਆ ਰਿਹਾ ਗਿਆ ਜਾਂ ਕੋਈ ਰਿਜ਼ਲਟ ਨਹੀਂ ਆ ਰਿਹਾਗਾ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਕਰਾਂਗੇ ਤੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਕਿੰਨੇ ਕ ਬੰਦੇ ਨੇ ਜਿਹੜੇ ਮੇਰੇ ਨਾਲ ਐਡ ਨੇ ਤੇ ਉਹਨਾਂ ਦੀ ਟਾਈਮਲਾਈਨ ਸ਼ੇਅਰ ਕਰਾਂਗੇ ਵੀਡੀਓ ਦੇ ਵਿੱਚ ਤੇ ਤੁਹਾਨੂੰ ਦਿਖਾਵਾਂਗੇ ਪ੍ਰੂਫ ਵੀ ਐਨੇ ਬੰਦੇ ਬੈਠੇ ਨੇ ਤੇ 2020 ਦੇ ਵਿੱਚ 2021 ਦੇ ਵਿੱਚ ਇਹਨਾਂ ਦੀ ਫਾਈਲ ਸਬਮਿਟ ਹੋਈਆਂ ਗਈਆਂ ਤਾਂ ਜੀ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਰਿਕਵੈਸਟ ਕਰਨੀ ਚਾਹੂੰਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਜ ਮੈਂ ਚੈਨਲ ਸਬਸਕ੍ਰਾਈਬ ਕਰਨ ਲਈ ਨਹੀਂ ਕਹੂੰਗਾ ਲਾਈਕ ਕਰਨ ਲਈ ਨਹੀਂ ਕਹੂੰਗਾ ਬਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਉਹਨਾਂ ਲੋਕਾਂ ਤਾਈਂ ਪਹੁੰਚਾ ਦਿਓ ਜਿਨ੍ਹਾਂ ਦੀ ਫਾਈਲ ਇਹ ਸਬਮਿਟ ਹੋਈ ਵੀ ਆ ਡੈਲੀ ਐਂਬੈਸੀ ਦੇ ਵਿੱਚ ਤੇ ਉਹ ਆਪਣੇ ਨਾਲ ਜੁੜ ਸਕਣ ਤੇ ਆਪਾਂ ਇਹਦਾ ਕੋਈ ਹੱਲ ਕਰ ਸਕੀਏ ਇਹ ਮੁੱਦਾ ਚੱਕ ਸਕੀਏ ਤੇ ਵੱਧ ਤੋਂ ਵੱਧ ਇਸ ਟੌਪਿਕ ਨੂੰ ਯੂਟਿਊਬਰਸ ਜਿਹੜੇ ਵੱਡੇ ਯੂਟਿਊਬਰਸ ਨੇ ਉਹਨਾਂ ਤੱਕ ਪਹੁੰਚਾਓ ਤਾਂ ਜੋ ਉਹ ਵੀਡੀਓ ਬਣਾਉਣ ਤੇ ਇਸ ਮੁੱਦੇ ਦੇ ਉੱਤੇ ਗੱਲ ਕਰਨ ਫੇਰ ਮਤਲਬ ਇਹਨਾਂ ਦਾ ਕੋਈ ਸੋਲੂਸ਼ਨ ਹੋ ਸਕੇ ਚਾਹੇ ਉਹ ਸਟੂਡੈਂਟ ਆ ਚਾਹੇ ਉਹਨਾਂ ਦੀ ਫਾਈਲ ਡੈਲੀ ਐਂਬੈਸੀ ਹੈਗੀ ਜਾਂ ਨਹੀਂ ਹੈਗੀ ਇਹ ਸਾਰੇ ਜਣੇ ਰਲ ਕੇ ਪਾਈ ਇਹਨਾਂ ਦੀ ਹੈਲਪ ਕਰੋ ਤਾਂ ਜੋ ਇਹਨਾਂ ਨੂੰ ਰਿਜ਼ਲਟ ਮਿਲ ਸਕਣ ਆਪਾਂ ਨੂੰ ਜਿਵੇਂ ਪਤਾ ਹੀ ਹੈ ਜਿਵੇਂ ਹੁਣ ਸਟੂਡੈਂਟ ਨੇ ਹੁਣ ਐਸਡੀਐਸ ਕੈਟਾਗਰੀ ਚ ਫਾਈਲਾਂ ਲੱਗੀਆਂ ਨੇ 2.5 ਮਹੀਨੇ ਦੇ ਵਿੱਚ ਰਿਜ਼ਲਟ ਆ ਰਿਹਾ ਫਿਰ ਵੀ ਕਿੰਨਾ ਔਖਾ ਹੋ ਰਿਹਾਗਾ ਵੇਟ ਕਰਨਾ ਬਟ ਇਹਨਾਂ ਨੂੰ ਤਾਂ 2-2 ਸਾਲ ਹੋ ਚੁੱਕੇ ਨੇ ਤੇ ਪਲੀਜ਼ ਸਾਰੇ ਜਣੇ ਰਲ ਕੇ ਇਹਨਾਂ ਦੀ ਹੈਲਪ ਕਰੋ ਭਾਈ ਤਾਂ ਜੋ ਇਹਨਾਂ ਦੇ ਰਿਜ਼ਲਟ ਆਉਣੇ ਸਟਾਰਟ ਹੋ ਜਾਣ ਤਾਂ ਇਹਨਾਂ ਨੂੰ ਸਟ्रेस ਥੋੜੀ ਜਿਹੀ ਘੱਟ ਹੋ ਜੇ ਤੇ ਹਾਂਜੀ ਵੀਡੀਓ ਦੇ ਵਿੱਚ ਲਾਸਟ ਦੇ ਵਿੱਚ ਗੱਲ ਕਰਾਂਗੇ ਆਪਾਂ ਕੀ ਕੁਝ ਸਟੈਪ ਚੱਕਣੇ ਨੇ ਕੀ ਕੁਝ ਆਪਾਂ ਕਰਨਾਗਾ ਤਾਂ ਜੋ ਡੈਲੀ ਐਮਬੈਸੀ ਤੱਕ ਇਹ ਗੱਲ ਪਹੁੰਚ ਸਕੇ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂਜੀ ਹੁਣ ਮੈਂ ਤੁਹਾਨੂੰ ਲੈ ਕੇ ਚੱਲਦਾ ਮੋਬਾਈਲ ਸਕਰੀਨ ਦੇ ਉੱਤੇ ਤੇ ਹੁਣ ਤੁਹਾਨੂੰ ਦਿਖਾਉਣਾ ਵੀ ਕਿੰਨੇ ਇੱਕ ਬੰਦੇ ਆਪਣੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੀ ਫਾਈਲ ਡੈਲੀ ਐਮਬੈਸੀ ਦੇ ਵਿੱਚ ਪਈ ਆ ਤੇ ਕਿਹੜੇ ਕੈਟਾਗਰੀ ਦੇ ਨੇ ਤੇ ਕਦੋਂ ਉਹਨਾਂ ਨੇ ਫਾਈਲ ਲਾਡਿਕਰੀ ਸੀ ਸੋ ਲੈਟਸ ਮੂਵ ਟੂ ਦਾ ਸਕਰੀਨ ਸੋ ਫਰਸਟ ਫਾਈਲ ਹੈ ਜੀ ਫਾਈਲ ਲੋਸ ਹੋਈ ਸੀ 9 ਮਾਰਚ ਨੂੰ 2020 ਬਾਇਓਮੈਟ੍ਰਿਕ 12 ਮਾਰਚ ਨੂੰ ਬਾਕੀ ਨੇ ਡਾਕੂਮੈਂਟ ਰਿਕੁਐਸਟ ਵੀ ਜੂਨ ਦੇ ਵਿੱਚ ਆਈ ਸੀ ਤੇ ਸਟਿਲ ਨੋ ਅਪਡੇਟ ਆ ਫਾਈਲ ਲੋਸ ਹੋਈ ਸੀ ਡੇਟ 29 ਡਿਸੰਬਰ ਨੂੰ ਬਾਇਓਮੈਟ੍ਰਿਕ 3 ਜਨਵਰੀ ਨੂੰ ਮੈਡੀਕਲ 1 ਫਰੰਟ 8 ਜਨਵਰੀ ਨੂੰ ਹਲੇ ਤੱਕ ਕੋਈ ਵੀ ਅਪਡੇਟ ਨਹੀਂ ਆਈ ਕਿ ਨੈਕਸਟ ਸਟੈਪ ਐਪਲੀਕੇਸ਼ਨ ਡੇਟ ਹੈ 14 ਅਪ੍ਰੈਲ 27 ਅਪ੍ਰੈਲ ਨੂੰ ਬਾਇਓ ਬਾਕੀ ਉਹਦੇ ਵੀ ਕੋਈ ਵੀ ਅਪਡੇਟ ਨਹੀਂ ਆਈ ਕਿ ਫਾਈਲ ਲੋਸ 27 2021 ਬਾਇਓਮੈਟ੍ਰਿਕ 3 ਫੈਬਰ 2021 ਮੈਡੀਕਲ 5 ਜਨਵਰੀ ਤੇ ਇਹਨਾਂ ਦੀ ਵੀ ਕੋਈ ਅਪਡੇਟ ਨਹੀਂ ਆਈ ਕਿਤੇ ਡੈਲੀ ਐਂਬੈਸੀ ਦੇ ਵਿੱਚ ਫਾਈਲ ਆ। ਸੋ ਨੈਕਸਟ ਹੈ ਫਾਈਲ ਆ ਉਸੀ ਡੇਟ ਸੀਗੀ 6 ਨਵੰਬਰ 2020, ਬਾਇਓਮੈਟ੍ਰਿਕ ਹੋਈ ਸੀ 31 ਜਨਵਰੀ ਨੂੰ, ਮੈਡੀਕਲ ਆ ਫਰੰਟ 12 ਨਵੰਬਰ ਨੂੰ, ਡਾਕੂਮੈਂਟ ਰਿਕਵੈਸਟ 2 ਫੈਬਰੂਅਰੀ ਨੂੰ, ਬਾਕੀ ਕੋਈ ਅਪਡੇਟ ਨਹੀਂ ਆਇਆ ਹੈਗਾ। ਸੋ ਫਾਈਲ ਆ ਉਸੀ 28 ਨਵੰਬਰ ਨੂੰ, ਬਾਇਓਮੈਟ੍ਰਿਕ 23 ਜਨਵਰੀ ਨੂੰ ਕੋਈ ਅਪਡੇਟ ਨਹੀਂ ਆਇਆ ਹੈਗਾ। ਸੋ ਨੈਕਸਟ ਹੈ ਜੀ ਫਾਈਲ ਆ ਸਬਮਿਟ ਹੋਈ ਸੀ 10th ਦਸੰਬਰ ਨੂੰ 2020 ਦੇ ਵਿੱਚ, ਕੋਈ ਅਪਡੇਟ ਨਹੀਂ ਆਇਆ, ਕੋਈ ਵੀ ਮੈਡੀਕਲ ਅਪਡੇਟ ਨਹੀਂ ਹੋਇਆ ਹੈਗਾ। ਫਾਈਲ ਲੋਸ ਸੀਗੀ 29 ਅਕਤੂਬਰ 2020 ਨੂੰ ਬਾਇਓਮੈਟ੍ਰਿਕ 4 ਫੈਬਰੂਰੀ ਨੂੰ ਮੈਡੀਕਲ 2 April ਨੂੰ ਕੋਈ ਵੀ ਰਿਕੁਐਸਟ ਜਾਂ ਫਾਈਲ ਕੋਈ ਵੀ ਨਹੀਂ ਆਇਆਗਾ ਇਹਨਾਂ ਨੂੰ ਸੇਫ ਫਾਈਲ ਲੋਸ ਸੀਗੀ 1 ਅਕਤੂਬਰ 2020 ਨੂੰ ਬਾਇਓਮੈਟ੍ਰਿਕ 2 ਫੈਬਰੂਰੀ ਨੂੰ ਬਾਕੀ ਇਹਨਾਂ ਦਾ ਵੀ ਕੋਈ ਵੀ ਅਪਡੇਟ ਨਹੀਂ ਆਇਆਗਾ SOWP ਕੇਸ ਹਾ ਮਾਈ ਪਾ ਡੈਲੀ ਐਂਬੈਸੀ ਦੇ ਵਿੱਚ ਇਹਨਾਂ ਦੀ ਫਾਈਲ ਪਈ ਆ ਸੋ ਇਹਨਾਂ ਨੂੰ ਵੀ ਹਲੇ ਤੱਕ ਕੋਈ ਵੀ ਅਪਡੇਟ ਨਹੀਂ ਆਇਆਗਾ ਸੋ ਨੈਕਸਟ ਆ ਮਾਈ ਫਾਈਲ ਲੌਜ਼ 14 ਮਾਰਚ 2020 ਬਾਇਓਮੈਟਿਕ 25th ਨੰਬਰ ਇਹਨਾਂ ਨੂੰ ਵੀ ਕੋਈ ਵੀ ਅਪਡੇਟ ਨਹੀਂ ਆਇਆਗਾ ਤੇ ਫਾਈਲ ਲੌਸ ਸੀਗੀ 16 ਮਾਰਚ 2020 ਇਹਨਾਂ ਨੂੰ ਵੀ ਕੋਈ ਅਪਡੇਟ ਨਹੀਂ ਆਇਆਗਾ ਵੀਡੀਓ ਪਾਜ਼ ਕਰਕੇ ਤੁਸੀਂ ਦੇਖ ਸਕਦੇ ਹੋ ਜੇਕਰ ਸਕਿਪ ਹੁੰਦੀ ਹੈ ਤਾਂ ਸੋ ਨੈਕਸਟ ਫਾਈਲ ਲੌਜ਼ 7th ਡਿਸੰਬਰ 2020 ਵੀਜ਼ਾ ਆਫਿਸ ਨਿਊ ਡੈਲੀ ਕੋਈ ਵੀ ਅਪਡੇਟ ਨਹੀਂ ਆਇਆਗਾ ਫਾਈਲ ਲੌਸ ਸੀ 21 ਫੈਬਰੂਰੀ ਤੇ 2020 ਦੇ ਵਿੱਚ ਇਹਨਾਂ ਨੂੰ ਵੀ ਕੋਈ ਅਪਡੇਟ ਨਹੀਂ ਆਇਆਗਾ ਤੇ ਵੀਜ਼ਾ ਆਫਿਸ ਨਿਊ ਡੈਲੀ ਆ ਤੇ ਸਪਾਊਸ ਕੇਸ ਆ ਪੀਆਰ ਦਾ ਸੋ ਨੈਕਸਟ ਆ ਐਸਓਵੀ ਡਬਲਯੂਪੀ ਕੇਸ ਆ 9th ਸਤੰਬਰ 2020 ਚ ਫਾਈਲ ਲੱਗੀ ਸੀਗੀ ਵੀਜ਼ਾ ਆਫਿਸ ਡੈਲੀ ਆ ਤੇ ਇਹਨਾਂ ਨੂੰ ਵੀ ਕੋਈ ਅਪਡੇਟ ਨਹੀਂ ਆਇਆਗਾ ਤਾਂ ਜਿਵੇਂ ਕਿ ਤੁਸੀਂ ਹੁਣ ਦੇਖ ਚੁੱਕੇ ਹੋ ਕਿ ਕਿੰਨੇ ਰਿਜ਼ਲਟਸ ਨੇ ਇਹ ਸਿਰਫ ਮੇਰੇ ਨਾਲ ਐਡ ਸੀਗੇ ਇਹ ਬਹੁਤ ਹਜ਼ਾਰਾਂ ਦੇ ਵਿੱਚ ਰਿਜ਼ਲਟ ਪਏ ਨੇ ਜਿਹੜੇ ਪੈਂਡਿੰਗ ਪਏ ਨੇ ਡੈਲੀ ਐਂਬੈਸੀ ਦੇ ਵਿੱਚ ਨੇ ਇਹ ਜਸਟ ਮੇਰੇ ਨਾਲ ਜੁੜੇ ਸੀਗੇ ਉਹਨਾਂ ਬੰਦਿਆਂ ਦੇ ਇਹ ਜਿਹੜੇ ਕਹਿ ਲਈ ਆਪਾਂ ਰਿਜ਼ਲਟ ਸਟਕ ਹੋਏ ਹੋਏ ਨੇ ਸੋ ਵੀਡੀਓ ਦੇ ਵਿੱਚ ਅੱਗੇ ਵਧਦੇ ਹਾਂ ਹੁਣ ਆਪਾਂ ਗੱਲ ਕਰਦੇ ਹਾਂ ਸੋਲੂਸ਼ਨ ਦੀ ਆਪਾਂ ਕਰ ਕੀ ਸਕਦੇ ਹਾਂ ਸਭ ਤੋਂ ਪਹਿਲਾਂ ਸਾਰੇ ਜਣੇ ਇੱਕ ਜੁੱਟ ਹੋ ਜੋ ਇੱਕ ਟੈਲੀਗ੍ਰam ਗਰੁੱਪ ਬਣਾ ਲੈਨੇ ਆ ਉਹਦੇ ਵਿੱਚ ਸਾਰੇ ਜਣੇ ਐਡ ਹੋ ਜੋ ਤੇ ਉਸ ਤੋਂ ਬਾਅਦ ਵੱਧ ਤੋਂ ਵੱਧ ਜਿਹੜੇ ਵੱਡੇ ਯੂਟਿਊਬਰਸ ਨੇ ਉਹਨਾਂ ਤੱਕ ਇਹ ਟੌਪਿਕ ਪਹੁੰਚਾਓ ਤਾਂ ਜੋ ਉਹ ਵੀਡੀਓ ਬਣਾਉਣ ਤਾਂ ਜੋ ਮਤਲਬ ਇਹ ਐਮਬੈਸੀ ਇਹ ਡੇਲੀ ਐਮਬੈਸੀ ਤੱਕ ਇਹ ਗੱਲ ਪਹੁੰਚੇ ਵੀ ਇੰਨੇ ਸਾਰੇ ਬੱਚੇ ਨੇ ਜਿਹੜੇ ਪਰੇਸ਼ਾਨ ਹੋ ਰਹੇ ਨੇ ਆਪਾਂ ਟਵੀਟ ਕਰ ਸਕਦੇ ਹਾਂ ਸਾਰੇ ਜਣੇ ਰਲ ਕੇ ਗਿਵ us ਰਿਜ਼ਲਟ ਕਹਿ ਕੇ ਹੈਸ਼ਟੈਗ ਲਾ ਕੇ ਆਪਾਂ ਡੈਲੀ ਐਂਬੈਸੀ ਨੂੰ ਟੈਗ ਕਰਕੇ ਦੇ ਆਪਾਂ ਵੱਧ ਤੋਂ ਵੱਧ ਟਵੀਟ ਕਰ ਸਕਦੇ ਹਾਂ ਜਿਹੜਾ ਟਵੀਟਰ ਇਹ ਬਹੁਤ ਜ਼ਿਆਦਾ ਕਾਮਯਾਬ ਆ ਭਾਈ ਕੋਈ ਵੀ ਟੌਪਿਕ ਜਾਂ ਮੁੱਦਾ ਚੱਕਣ ਲਈ ਸੋ ਮੈਂ ਵੱਧ ਤੋਂ ਵੱਧ ਸਾਰੇ ਬੰਦਿਆਂ ਨੂੰ ਕਹੂੰਗਾ ਵੀ ਵੱਧ ਤੋਂ ਵੱਧ ਚਾਹੇ ਉਹ ਸਟੂਡੈਂਟ ਹੈ ਚਾਹੇ ਉਹ ਐਸਓਵੀ ਡਬਲਯੂਪੀ ਵਾਲਾਗਾ ਕੋਈ ਵੀ ਆ ਜਿਹਦੀ ਡੈਲੀ ਐਂਬੈਸੀ ਹੈਗੀ ਆ ਨਹੀਂ ਹੈਗੀ ਆ ਜਿਨ੍ਹਾਂ ਦੀ ਡੈਲੀ ਐਂਬੈਸੀ ਦੇ ਵਿੱਚ ਫਾਈਲ ਪਈ ਆ ਉਹਨਾਂ ਦੀ ਹੈਲਪ ਕਰਨ ਲਈ ਭਾਈ ਸਾਰੇ ਜਣੇ ਟਵੀਟ ਕਰ ਦੋ ਵੱਧ ਤੋਂ ਵੱਧ ਡੇਲੀ ਦੇ ਇੱਕ ਦੋ ਟਵੀਟ ਇੱਕ ਦੋ ਟਵੀਟ ਜਰੂਰ ਕਰੋ ਤਾਂ ਜੋ ਇਹ ਮੁੱਦਾ ਚੱਕਿਆ ਜਾ ਸਕੇ ਤਾਂ ਜੋ ਡੇਲੀ ਐਂਬੈਸੀ ਦੀ ਨਗਾਹ ਇਸ ਵੱਲ ਪਵੇ ਤੇ ਰਜਨ ਨੂੰ ਰੌਣੇ ਰਿਜ਼ਲਟ ਸਟਾਰਟ ਹੋਣ ਬਾਕੀ ਲਾਸਟ ਚ ਮੈਂ ਇਹੀ ਕਹਿਣਾ ਚਾਹੂੰਗਾ ਵੀ ਲਾਸਟ ਦੇ ਵਿੱਚ ਟੈਲੀਗ੍ਰਾਮ ਦੇ ਉੱਤੇ ਜਿਵੇਂ ਨੇ ਮੈਨੂੰ ਪਤਾ ਹੈਗਾ ਸਾਰੇ ਐਕਟਿਵ ਨੇ ਉੱਥੇ ਮੀਮ ਬਣਾਓ ਮੀਮ ਨਾਲ ਵੀ ਬਹੁਤ ਜ਼ਿਆਦਾ ਇਫੈਕਟ ਪੈਂਦਾ ਹੈਗਾ ਜਿਵੇਂ ਕਿ ਪਿੱਛੇ ਜੀ ਤੁਸੀਂ ਦੇਖਿਆ ਹੋਣਾਗਾ ਅਕਸ਼ੇ ਕੁਮਾਰ ਦੇ ਕਿੰਨੇ ਮੀਮਸ ਬਣਾਏ ਗਏ ਤਾਂ ਉਹਦੇ ਤੇ ਇਫੈਕਟ ਪਿਆ ਉਹਨੇ ਸਾਰਾ ਕੁਝ ਕਰਿਆਗਾ ਹਣਾ ਤਾਂ ਮਤਲਬ ਮੇਉਦੇ ਤੇ ਡੈਲੀ ਐਂਬੈਸੀ ਦੇ ਮੀਮ ਬਣਾਉਣੇ ਸਟਾਰਟ ਕਰੋ ਉਹਦੇ ਨਾਲ ਡੈਲੀ ਐਂਬੈਸੀ ਤੇ ਡੈਫੀਨਿਟਲੀ ਫੈਕਟ ਪਊਗਾ ਤੇ ਉਹ ਸਟਾਰਟ ਕਰੂਗੀ ਕੰਮ ਕਰਨਾ ਸੋ ਲਾਸਟ ਦੇ ਵਿੱਚ ਇਹਨਾਂ ਕਹਿਣਾ ਚਾਹੂੰਗਾ ਵੀ ਵੀਡੀਓ ਨੂੰ ਵਾਰ ਤੋਂ ਬਾਅਦ ਸ਼ੇਅਰ ਕਰ ਦਿਓ ਲਾਈਕ ਸਬਸਕ੍ਰਾਈਬ ਭਾਵੇਂ ਨਾ ਕਰਿਓ ਬਟ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚਾਹੇ ਉਹ ਸਟੂਡੈਂਟ ਆ ਕੋਈ ਵੀ ਆ ਤੁਹਾਡੇ ਰਿਲੇਟਿਵ ਚ ਕੋਈ ਵੀ ਐਸਓ ਡਬਲਯੂ ਪੀ ਵਾਲਾ ਪੀਆਰ ਵਾਲਾ ਜਿਹਦੀ ਫਾਈਲ 2020 ਦੇ 21 ਦੇ ਵਿੱਚ ਲੱਗੀ ਹੈ ਤੇ ਡੈਲੀ ਐਂਬੈਸੀ ਦੇ ਵਿੱਚ ਪਈ ਆ ਸੋ ਆਪਣੇ ਨਾਲ ਜੁੜਨ ਤੇ ਉਸ ਤੋਂ ਬਾਅਦ ਆਪਾਂ ਉਹਦਾ ਜਿਹੜਾ ਹੱਲ ਹੈ ਉਹ ਆਪਾਂ ਕੱਢ ਸਕੀਏ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸਸਿਕਾ